ਮਾਇਆ ਦੇ ਕਬਜ਼ਾ ਨਹੀਂ ਹੋਣ ਦਿਆਂਗੇ, ਨਹੀਂ ਹੋਣ ਦਿਆਂਗੇ, ਨਹੀਂ ਹੋਣ ਦਿਆਂਗੇ। 10-15 ਗੱਡੀਆਂ ਆਈਆਂ ਪੁਲਿਸ ਦੀਆਂ, ਗਾੜੀ ਅਸੀਂ ਗਏ ਆ, ਪੈ ਖਲੋ ਕੇ ਇਹਦੇ ਵਿੱਚ ਗੱਲਾਂ ਬਾਤਾਂ ਕੀਤੀਆਂ। ਉਹ ਸਾਨੂੰ ਡਾਂਗਾਂ ਡੂੰਗਾਂ ਦੇ ਨਾਲ ਭਜਾਇਆ ਉਹਨਾਂ ਨੇ, ਗਾੜੀ ਗਾੜੀ ਮੋਟਰਸਾਈਕਲ ਵਾਲਿਆਂ ਨੂੰ ਭਜਾਇਆ ਉਹਨਾਂ ਨੇ, ਗਾੜੀ ਮੁੰਡਿਆਂ ਨੂੰ ਭਜਾਇਆ ਗਾੜੀ। ਇਹ ਵਿਚਾਰੇ ਇਹਨਾਂ ਨੂੰ ਫੋਨ ਕੀਤੀ, ਸਾਡੇ ਸਾਂਝ ਵਾਲੇ ਆਏ, ਇਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਵੀ ਆ ਜਾਓ। ਖਿੱਚ ਧੂ ਦੀਆਂ ਇਹ ਤਸਵੀਰਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੀਮਾ ਖੁੰਡੀ ਅਤੇ ਥਾਨੇਵਾਲ ਦੀਆਂ ਹਨ। 17 ਮਈ ਨੂੰ ਇੱਥੇ ਦਿੱਲੀ ਕਟੜਾ ਐਕਸਪ੍ਰੈਸਵੇ ਲਈ ਜ਼ਮੀਨ ਐਕਵਾਇਰ ਕਰਨ ਲਈ ਪੁਲਿਸ ਪ੍ਰਸ਼ਾਸਨ ਨੇ ਬਕਾਇਦਾ ਜ਼ਮੀਨਾਂ ਉੱਤੇ ਕਬਜ਼ਾ ਲੈਣ ਲਈ ਟੀਮਾਂ ਭੇਜੀਆਂ। ਇਸ ਤੋਂ ਬਾਅਦ ਸਥਾਨਕ ਕਿਸਾਨ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦਾ ਪੁਲਿਸ ਦੇ ਨਾਲ ਟਕਰਾਅ ਸ਼ੁਰੂ ਹੋ ਗਿਆ। ਮੁਜ਼ਾਹਰਾਕਾਰੀਆਂ ਨੇ ਪ੍ਰਸ਼ਾਸਨ ਦਾ ਖੁੱਲ੍ਹ ਕੇ ਵਿਰੋਧ ਕੀਤਾ। ਟਕਰਾਅ ਵਧਿਆ ਤਾਂ ਇੱਕ ਪੁਲਿਸ ਮੁਲਾਜ਼ਮ ਵੱਲੋਂ ਚੀਮਾ ਖੁੰਡੀ ਦੇ ਰਹਿਣ ਵਾਲੀ ਲਖਵਿੰਦਰ ਕੌਰ ਦੇ ਥੱਪੜ ਮਾਰਦਿਆਂ ਦੀ ਵੀਡੀਓ ਵਾਇਰਲ ਹੋ ਗਈ। ਹਜ਼ਾਰ ਦੇ ਲਾਗੇ ਪੁਲਿਸ ਸੀ, ਬਾਅਦ 'ਚ ਇੱਕ ਇੱਥੇ ਬੇਟਾ ਸੀ ਡੇਰੇ ਦਾ ਜਵਾਨ, ਉਹਨੂੰ ਬੜਾ ਕੁੱਟਮਾਰ ਕਰ ਰਹੇ। ਬਾਅਦ 'ਚ ਉਹਦੀ ਮੰਮੀ ਨੂੰ ਇੱਦਾਂ ਕੁਛ ਹੋ ਗਿਆ ਵੇਖ ਕੇ, ਛੋਟੀਆਂ ਛੋਟੀਆਂ ਗੁੱਡੀਆਂ, ਉਹ ਕਹਿੰਦੀ ਨਾ ਖੜੋ ਨਾ ਖੜੋ। ਅਸੀਂ ਉੱਧਰ ਸੀ, ਬਾਅਦ 'ਚ ਮੇਰੇ ਹਸਬੈਂਡ ਦਾ ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਉਹ ਇੱਥੇ ਆ ਗਏ ਆ ਘਰੋਂ, ਉਹਨਾਂ ਨੇ ਮੈਨੂੰ ਘੱਲਿਆ। ਅਤੇ ਬਾਅਦ 'ਚ ਮੈਂ ਜਦੋਂ ਇੱਦਾਂ ਵੇਖਿਆ ਵਾਪਸ, ਅਤੇ ਉਹਨਾਂ ਨੂੰ ਥੱਲੇ ਸੁੱਟਿਆ ਹੋਇਆ ਪਰਨਾ, ਜਿਹੜੀ ਉਹਨਾਂ ਦੀ ਪੱਗ ਸੀ ਉਹ ਪੈਰਾਂ 'ਚ ਸੀ, ਅਤੇ ਮਤਲਬ ਉਹਨਾਂ ਨੂੰ ਕੁੱਟਣ ਮਾਰਨ ਡਏ ਸੀ। ਅਤੇ ਉਹਨਾਂ ਨੂੰ ਬਾਅਦ ਵਿੱਚ ਜਦੋਂ ਕੁੱਟਮਾਰ ਕਰ ਰਹੇ ਅਤੇ ਮੈਂ ਪਹੁੰਚ ਗਈ ਉੱਥੇ, ਅਤੇ ਮੈਂ ਪੁੱਛਿਆ ਵੀ ਇਹਨਾਂ ਨੂੰ ਕਿਉਂ ਮਾਰ ਰਹੇ ਹੋ, ਵੀ ਹਾਰਟ ਦੇ ਪੇਸ਼ੈਂਟ ਆ, 2 ਨਾੜਾਂ ਬਲੌਕ ਆ, 2 ਵਾਰੀ ਅਟੈਕ ਹੋਇਆ, ਮਸਾਂ ਅਸੀਂ ਬਚਾਏ ਆ। ਅਤੇ ਸਰ ਇਸ ਕਰਕੇ ਜਦੋਂ ਮੈਂ ਉਹਨਾਂ ਨੂੰ ਕਿਹਾ ਕਿਉਂ ਮਾਰੇ ਕਿਉਂ ਮਾਰੇ, ਤਾਂ ਸਰ ਉਹ ਪੁਲਿਸ ਵਾਲੇ ਨੇ ਮੇਰੇ ਵੀ ਥੱਪੜ ਮਾਰਿਆ ਬਹੁਤ ਜ਼ੋਰ, ਇਹਨਾਂ ਨੂੰ ਮੇਰੇ ਸਾਹਮਣੇ ਥੱਪੜ ਮਾਰਿਆ, ਮੁੜ ਕੇ ਮੈਂ ਕਿਹਾ ਇਹਨੂੰ ਕਿਉਂ ਮਾਰਦੇ ਹੋ, ਮੈਨੂੰ ਵੀ ਫੜ ਕੇ ਤੂੰ ਰਹਿ ਗਿਆ ਉੱਥੇ, ਥੱਲੇ ਪੁੰਜੇ ਹਟਿਆ, ਮੇਰੀ ਪੱਗ ਲਾ ਕੇ ਥੱਲੇ ਛੁੱਟੀ। ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ ਸਰ, ਸਾਨੂੰ ਇਹ ਇਨਸਾਫ ਚਾਹੀਦਾ, ਸਾਨੂੰ ਪੁਲਿਸ ਵਾਲੇ ਨੇ ਕਿਉਂ ਮਾਰਿਆ ਮੇਰੇ ਹਸਬੈਂਡ ਨੂੰ, ਮੈਨੂੰ ਕਿਉਂ ਚਪੇੜਾਂ ਮਾਰੀਆਂ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਸਾਨੂੰ ਇਹ ਕਹਿਣਾ ਰੇਲਵੇ ਟਰੈਕਾਂ ਤੇ ਬਹਿ ਕੇ ਕਿ ਜਿੰਨੀ ਵੀਡੀਓ ਵਾਇਰਲ ਹੋਈ ਤਾਂ ਪੰਜਾਬ ਪੁਲਿਸ ਨੇ ਥੱਪੜ ਮਾਰਨ ਵਾਲੇ ਮੁਲਾਜ਼ਮ ਉੱਤੇ ਐਕਸ਼ਨ ਲੈਂਦਿਆਂ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ। ਇਸ ਗੱਲ ਦੀ ਪੁਸ਼ਟੀ ਬਕਾਇਦਾ SSP ਬਟਾਲਾ ਅਸ਼ਵਨੀ ਗੋਟੀਅਲ ਨੇ BBC ਸਹਿਯੋਗੀ ਗੁਰਪ੍ਰੀਤ ਚਾਵਲਾ ਨੂੰ ਕੀਤੀ ਹੈ ਤੇ ਇਹ ਵੀ ਦੱਸਿਆ ਕਿ ਮੁਲਾਜ਼ਮ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਖੋਲ੍ਹ ਦਿੱਤੀ ਗਈ ਹੈ। ਆਓ ਹੁਣ ਤੁਹਾਨੂੰ ਪੂਰੇ ਮਸਲੇ ਬਾਰੇ ਦੱਸਦੇ ਹਾਂ। ਦਰਅਸਲ ਭਾਰਤ ਸਰਕਾਰ ਵੱਲੋਂ ਦਿੱਲੀ ਤੋਂ ਕਟੜਾ ਤੱਕ ਭਾਰਤ ਮਾਲਾ ਪ੍ਰੋਜੈਕਟ ਅਧੀਨ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਬਣਾਇਆ ਜਾ ਰਿਹਾ। ਇਸੇ ਪ੍ਰੋਜੈਕਟ ਤਹਿਤ ਕਿਸਾਨਾਂ ਤੋਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਨਿਯਮਾਂ ਤਹਿਤ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਇਸ ਦੇ ਨਾਲ ਹੀ ਕਿਸਾਨ ਉਜਾੜਾ ਭੱਤਾ ਵੀ ਮੰਗ ਰਹੇ ਨੇ। 17 ਮਈ ਨੂੰ ਹੋਈ ਪ੍ਰਸ਼ਾਸਨ ਅਤੇ ਮੁਜ਼ਾਹਰਾਕਾਰੀਆਂ ਦੀ ਖਿੱਚ ਧੂ ਤੋਂ ਬਾਅਦ ਦੇਰ ਰਾਤ ਪ੍ਰਸ਼ਾਸਨ ਨੇ ਜ਼ਮੀਨਾਂ ਉੱਤੇ ਕਬਜ਼ਾ ਲੈ ਲਿਆ। ਹਾਲਾਂਕਿ ਅੱਜ ਵੀ ਮੁੜ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਿੰਡ ਚੀਮਾ ਖੁੰਡੀ ਵਿਖੇ ਇਕੱਠੇ ਹੋਏ ਅਤੇ ਸੰਘਰਸ਼ ਜਾਰੀ ਰੱਖਣ ਦੀ ਗੱਲ ਕਹੀ। ਕਿਸਾਨ ਆਗੂਆਂ ਮੁਤਾਬਕ ਮਸਲਾ ਜ਼ਮੀਨ ਦੇ ਸਹੀ ਮੁਆਵਜ਼ੇ ਦੇ ਨਾਲ ਜੁੜਿਆ। ਇਹ ਜ਼ਮੀਨਾਂ ਇਹਦਾ ਸਾਨੂੰ ਯੋਗ ਰੇਟ ਦੇ ਦੇਣਾ, 1,18,00,000 ਰੁਪਈਆ ਬਣਦਾ ਹੈ, ਦੇ ਦੇਣਾ ਆ ਕੇ ਜ਼ਮੀਨਾਂ 'ਤੇ ਕਬਜ਼ਾ ਕਰ ਲੈਣਾ, ਜੇ ਇਹ ਨਹੀਂ ਦਿੰਦੇ ਇਹ ਲੜਾਈ ਫਿਰ ਇਸੇ ਤਰ੍ਹਾਂ ਜਾਰੀ ਰਹੇ। ਇਸ ਪੂਰੇ ਮਾਮਲੇ ਸੰਬੰਧੀ ਕੱਲ੍ਹ SDM ਗੁਰਦਾਸਪੁਰ ਨੇ ਦੱਸਿਆ ਸੀ ਕਿ ਕਿਸਾਨਾਂ ਨੇ ਮੌਕੇ 'ਤੇ ਪਹੁੰਚ ਕੇ ਚੱਲ ਰਹੇ ਕੰਮ ਨੂੰ ਜ਼ਬਰੀ ਬੰਦ ਕਰਵਾ ਦਿੱਤਾ ਅਤੇ ਕਿਸਾਨਾਂ ਨੂੰ ਜ਼ਮੀਨ ਦਾ ਮੁਆਵਜ਼ਾ ਵੀ ਮਿਲ ਚੁੱਕਿਆ।
ਅਸੀਂ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਦਾ ਜਿਹੜਾ ਪ੍ਰੋਜੈਕਟ ਆ ਨਾ ਉਹਦੇ ਰਿਗਾਰਡਿੰਗ ਇਸ ਪਿੰਡ ਦੀ ਜਿਹੜੀ ਜ਼ਮੀਨ ਹੈ ਉਹਦਾ ਅਸੀਂ ਪੋਜੈਸ਼ਨ ਆਲਰੇਡੀ ਲੈ ਚੁੱਕੇ ਹਾਂ ਅਤੇ ਜਿਹੜਾ ਜ਼ਿਮੀਂਦਾਰ ਵੀ ਸੀ ਕਿਸਾਨ ਜਿਸ ਦੀ ਇਹ ਜ਼ਮੀਨ ਹੈ ਉਹਨਾਂ ਨੇ ਆਪਣੀ ਮਰਜ਼ੀ ਨਾਲ ਜ਼ਮੀਨ ਦਿੱਤੀ ਹੈ ਅਤੇ ਮੁਆਵਜ਼ਾ ਵੀ ਲੈ ਲਿਆ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਕਿਸਾਨ ਹੈ ਜਿਹੜਾ ਮਾਲਕ ਆ ਉਹ ਰਾਜ਼ੀ ਹੈ, ਪ੍ਰਸ਼ਾਸਨ ਦੇ ਨਾਲ ਵੀ ਸਹਿਮਤ ਆ, ਨੈਸ਼ਨਲ ਹਾਈਵੇ ਦੇ ਨਾਲ ਵੀ ਸਹਿਮਤ ਹੈ ਕਿ ਇੱਥੇ ਆ ਕੇ ਕੰਮ ਕਰੋ। ਪਰ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜਿਨ੍ਹਾਂ ਦੇ ਮੈਂਬਰਸ ਦੀ ਜ਼ਮੀਨ ਵੀ ਨਹੀਂ ਆ ਉਹ ਸਾਡਾ ਇੱਥੇ ਆ ਕੇ ਕੰਮ ਰੋਕ ਰਹੇ ਹੋ। ਦੱਸ ਦਈਏ ਕਿ ਇਸ ਪੂਰੇ ਮਾਮਲੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਵੱਖ ਵੱਖ ਥਾਵਾਂ 'ਤੇ ਦੁਪਹਿਰ 1 ਵਜੇ ਤੋਂ ਰੇਲ ਰੋਕੋ ਅੰਦੋਲਨ ਦੀ ਕਾਲ ਅਣਮਿੱਥੇ ਸਮੇਂ ਲਈ ਦਿੱਤੀ ਗਈ ਸੀ। ਹਾਲਾਂਕਿ ਸੂਬਾ ਸਰਕਾਰ ਨਾਲ ਮੀਟਿੰਗ ਦੀ ਸਹਿਮਤੀ ਤੋਂ ਬਾਅਦ ਰੇਲਵੇ ਸਟੇਸ਼ਨਾਂ ਤੋਂ ਧਰਨਾ ਚੁੱਕ ਲਿਆ ਗਿਆ। ਪ੍ਰਿੰਸੀਪਲ ਸੈਕਟਰੀ ਸਾਹਿਬ, ਸੀਐਮ ਸਾਹਿਬ ਪੰਜਾਬ, ਉਹਨਾਂ ਨਾਲ ਮੀਟਿੰਗ ਤੈਅ ਹੋ ਗਈ ਹੈ ਬੁੱਧਵਾਰ ਦੀ। ਬੁੱਧਵਾਰ ਨੂੰ ਚੰਡੀਗੜ੍ਹ 11 ਵਜੇ ਪੂਰੇ ਉੱਥੇ ਮੀਟਿੰਗ ਪੰਜਾਬ ਵਿੱਚ ਕੀਤੀ ਜਾਊਗੀ ਤਾਂ ਕਿ ਜੋ ਇੱਥੇ ਚੀਜ਼ਾਂ ਡਿਸਕਸ ਹੋਈਆਂ ਆ, ਜਿੰਨੇ ਵੀ ਸਾਡੇ ਸਾਰੇ ਵੀਰਾਂ ਦੀਆਂ ਮਸਲੇ ਹੈਗੇ ਆ, ਭਦੇਰ ਸਾਹਿਬ ਤੇ ਉਹਨਾਂ ਦੇ ਦੂਜੇ ਸੀਨੀਅਰ ਸਾਥੀ ਸਾਰੇ ਜਾ ਕੇ ਉੱਥੇ ਕਰਨਗੇ ਜੀ। ਗੁਰਦਾਸਪੁਰ ਜ਼ਿਲ੍ਹੇ ਵਿੱਚ ਭਾਰਤਮਾਲਾ ਪ੍ਰੋਜੈਕਟ ਲਈ ਜ਼ਮੀਨਾਂ ਐਕਵਾਇਰ ਕਰਨ ਬਾਬਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਅਤੇ ਸਬੰਧਿਤ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੁਣ 24 ਮਈ ਨੂੰ ਤੈਅ ਹੋਈ ਹੈ।